साहिब श्री गुरु अर्जन देव जी दे शहीदी दिहाड़े अते 1984 दे शहीदां नूं समर्पित करमन दे ट्रकां दे कारोबार नाल संबंधित परिवारां वल्लों गुरुद्वारा आनंदगढ़ करमन विखे विशेष समागम करवाए गए। पेश है खास रिपोर्ट। शहीदां दे सरताज पंचम पातशाह श्री गुरु अर्जन देव जी दी शहीदी नूं समर्पित करमन दे ट्रकां दे कारोबार नाल संबंधित परिवारां ने सांझे तौर ते विशेष समागम गुरुद्वारा आनंदगढ़ करमन विखे करवाए। इस दौरान श्री अखंड पाठ साहिब दी इलाही बाणी दे 3 दिन प्रभाव वी चले अते गुरमत विचारां वी होईयां। समाप्ती ते विशेष समागम विच गुरु घर दे हजूरी रागी भाई सोढी सिंह अते साथियां ने संगतां नूं गुरबाणी कीर्तन अते गुरु जी दे शहीदी दा इतिहास सरवण करवाया। इस उपरंत प्रसिद्ध गायिका जोत रणजीत कौर ने सिख इतिहास नाल संबंधित वारां गाउंदे होए शहीदां नूं श्रद्धांजलि दित्ती। समागम दौरान जोत रणजीत कौर दा सम्मान वी कीता गया। गुरु घर दे कमेटी मैंबर कुलदीप सिंह कालेका ने बोलदे होए गुरु घर विच पंजाबी स्कूल दीआं क्लासां दे दाखले दा ऐलान कीता। समूह संगतां दा इस मौके धन्नवाद कीता गया। गुरु घर दे सैकटरी गुरतेज सिंह धालीवाल ने संगतां दे नाल भविख दे प्रोग्राम अते लेखा जोखा वी सांझा कीता। हर साल दी तरह समागम दे विच सरबत दे भले दी अरदास कीती गई। इस समागम दौरान इलाके भर तों संगतां नतमस्तक होईयां। गुरु का लंगर अतुट वरतिया। इस समय चढ़दी कला टाइम टीवी नाल गलबात करदे होए सेवादारा विचों हरप्रीत सिंह सिद्धू अते भाई जोगा सिंह ने संगतां दा धन्नवाद कीता। ਮੇਰਾ ਛੋਟਾ ਵੀਰ ਜਾਂ ਵੱਡਾ ਵੀਰ ਕਹਿ ਸਕਦੀ ਹਾਂ ਹਰਪ੍ਰੀਤ ਸਿੰਘ, ਅੱਜ ਤੁਹਾਨੂੰ ਸਾਰਿਆਂ ਨਾਲ ਤੁਸੀਂ ਇੱਥੇ ਸਮਾਂ ਕੱਢ ਕੇ ਆਏ ਗੁਰੂ ਦੀ ਕੋਲ ਦਾ ਆਨੰਦ ਲੈ ਰਹੇ ਔਰ ਇੱਕ ਵਾਰ ਫਿਰ ਮੈਂ ਸਗੋਂ ਟਰੱਕਰ ਵੀਰ ਆ ਮੇਰੇ ਜਿਹੜੇ ਟਰੱਕ ਚਲਾਉਂਦੇ ਆ। ਸੋ ਇਹਨਾਂ ਦੀ ਬਦੌਲਤ ਅਸੀਂ ਚੰਗਾ ਖਾਣੇ ਪੀਂਦੇ ਹਾਂ, ਚੰਗੀਆਂ ਵਸਤਾਂ ਨੂੰ ਭੋਗਦੇ ਹਾਂ ਆਪਣੇ ਜੀਵਨ ਦੇ ਵਿੱਚ। ਬੀਬਾ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਸਿਰੋਪਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਔਰ ਨਾਲ ਹੀ ਮੈਂ ਸਾਡੇ ਹੈੱਡ ਗ੍ਰੰਥੀ ਭਾਈ ਸੋਢੀ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬੀਬਾ ਜੀ ਨੂੰ ਸਿਰੋਪਾ ਨਾਲ ਸਨਮਾਨਿਤ ਕਰਨ ਜੀ। ਪੰਜਾਬੀ ਸਕੂਲ ਫਿਰ ਸ਼ੁਰੂ ਕੀਤਾ ਜਾਊ ਅਤੇ ਅਗਲੇ ਸੰਡੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ। ਤੁਸੀਂ ਆਪਣੇ ਬੱਚਿਆਂ ਦਾ ਨਾਮ ਦਿਓ, ਬੱਚੇ ਦਾ ਜਾਂ ਬੱਚਿਆਂ ਦਾ। ਕਮੇਟੀ ਨੇ ਇਹ ਵੀ ਸੋਚਿਆ ਕਿ ਜੋ ਸਾਰੇ ਸਾਲ ਦੀ ਫੀਸ ਹੋ ਉਹ ਮਿਨੀਮਮ ਰੱਖੀ ਜਾਵੇ। ਗੁਰਦੁਆਰਾ ਆਨੰਦਗੜ੍ਹ ਸਾਹਿਬ ਕਰਨ ਵਿਖੇ ਸਾਰੇ ਹੀ ਡਰਾਈਵਰ ਵੀਰਾਂ ਵੱਲੋਂ, ਸਮੂਹ ਸੰਗਤਾਂ ਵੱਲੋਂ, ਆਪਣੇ ਅਖੰਡ ਪਾਠ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਅਤੇ 1984 ਦੰਗਿਆਂ ਨੂੰ ਸਮਾਪਤ ਹੁੰਦਾ ਅਖੰਡ ਪਾਠ ਸਾਹਿਬ, ਸਾਰੇ ਵੀਰਾਂ ਵੱਲੋਂ ਬਹੁਤ ਸਾਰਾ 3 ਦਿਨ ਅਖੰਡ ਪਾਠ ਸਾਹਿਬ ਦੇ ਭੰਡਾਰੇ, ਲੰਗਰ ਦੇ ਭੰਡਾਰੇ ਚੱਲੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਾਰੀ ਸਮੂਹ ਕਮੇਟੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਰਮ ਸ਼ਹਿਰ ਵਿਖੇ ਗੁਰਦੁਆਰਾ ਸ੍ਰੀ ਆਨੰਦਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਸ਼ਹੀਦੀ ਪੁਰਬ ਅਤੇ 84 ਦੇ ਦੂਰ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਜਿਨ੍ਹਾਂ ਉਪਰੰਤ ਸਾਰੇ ਡਰਾਈਵਰ ਵੀਰਾਂ ਅਤੇ ਸੇਵਾਦਾਰਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਅਤੇ ਇੱਥੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ ਟੀਵੀ ਲਈ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਕੁਲਵੰਤ ਉਬੀ ਤਾਲੀਆ ਦੀ ਰਿਪੋਰਟ।